ਨਿਹੰਗ ਸਿੰਘਾਂ ਦੇ ਵੱਲੋਂ ਇੱਕ ਆਰਪੀਐਫ ਜਵਾਨ ਦੇ ਉੱਤੇ ਹਮਲਾ ਕੀਤਾ ਗਿਆ। ਦੱਸਦੀਏ ਕਿ ਤਲਵਾਰਾਂ ਦੇ ਨਾਲ ਉਸਦੀ ਬਾਂਹ ਦੇ ਉੱਤੇ ਕਈ ਵਾਰ ਕੀਤੇ ਗਏ ਨੇ, ਜਿਸ ਦੇ ਕਾਰਨ ਆਰਪੀਐਫ ਦਾ ਜਵਾਨ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਦਰਅਸਲ ਜਾਣਕਾਰੀ ਅਨੁਸਾਰ ਇਹ ਆਰਪੀਐਫ ਦਾ ਮੁਲਾਜ਼ਮ ਕਰਤਾਰਪੁਰ ਯਾਨੀ ਕਿ ਜਲੰਧਰ ਦੇ ਵਿੱਚ ਰੇਲਵੇ ਕਰੋਸਿੰਗ ਦੇ ਕੋਲ ਆਪਣੀ ਡਿਊਟੀ ਕਰ ਰਿਹਾ ਸੀ, ਤਾਂ ਇਸ ਦੇ ਨਾਲ ਦੋ ਮੁਲਾਜ਼ਮ ਹੋਰ ਵੀ ਸੀ, ਪਰ ਟ੍ਰੈਫਿਕ ਜ਼ਿਆਦਾ ਹੋਣ ਦੇ ਕਾਰਨ ਜਦੋਂ ਗੱਡੀਆਂ ਨੂੰ ਕੱਢਿਆ ਜਾ ਰਿਹਾ ਸੀ ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਅਚਾਨਕ ਹੀ ਇੱਕ ਕਾਰ ਰੋਂਗ ਸਾਈਡ ਤੋਂ ਆਉਂਦੀ ਹੈ। ਜਦੋਂ ਉਸਨੂੰ ਸਾਈਡ ਦੇ ਵਿੱਚ ਰੋਕਿਆ ਜਾਂਦਾ ਤਾਂ ਉਸਦੇ ਵਿੱਚੋਂ ਇੱਕ ਨਿਹੰਗ ਸਿੰਘ ਉਤਰਦਾ। ਪਹਿਲਾਂ ਤਾਂ ਉਸਦੇ ਵੱਲੋਂ ਗਾਲੀ ਗਲੋਚ ਕੀਤਾ ਜਾਂਦਾ ਅਤੇ ਫਿਰ ਗਾਲੀ ਗਲੋਚ ਕਰਨ ਤੋਂ ਬਾਅਦ ਜਦੋਂ ਮਾਹੌਲ ਉੱਥੇ ਕਾਫੀ ਜ਼ਿਆਦਾ ਭੱਖ ਜਾਂਦਾ ਤਾਂ ਕਾਰ ਦੇ ਵਿੱਚ ਸਵਾਰ ਕੁਝ ਹੋਰ ਨਿਹੰਗ ਸਿੰਘ ਬਾਹਰ ਨਿਕਲਦੇ ਨੇ ਅਤੇ ਉਸਨੂੰ ਟੁੱਟ ਕੇ ਪੈ ਜਾਂਦੇ ਨੇ ਅਤੇ ਉਸਦੇ ਉੱਪਰ ਤੇਜ਼ ਧਾਰ ਹਥਿਆਰਾਂ ਦੇ ਨਾਲ ਕਈ ਵਾਰ ਕੀਤੇ ਜਾਂਦੇ ਨੇ, ਜਿਸ ਦੇ ਕਾਰਨ ਉਸਦੀ ਬਾਂਹ ਦੇ ਵਿੱਚ ਡੂੰਘਾ ਜ਼ਖਮ ਹੋਇਆ ਅਤੇ ਉਸ ਤੋਂ ਬਾਅਦ ਉਸਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਪਰ ਇੰਨੇ ਦੇ ਵਿੱਚ ਨਿਹੰਗ ਸਿੰਘ ਮੌਕੇ ਤੋਂ ਫਰਾਰ ਹੋ ਗਏ। ਤਾਂ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਆਰਪੀਐਫ ਦੇ ਜਵਾਨ ਦੇ ਉੱਤੇ ਨਿਹੰਗ ਸਿੰਘਾਂ ਦੇ ਵੱਲੋਂ ਹਮਲਾ ਕੀਤਾ ਗਿਆ, ਜਿਸ ਦੇ ਕਾਰਨ ਉਸਦੀ ਬਾਂਹ ਦੇ ਉੱਤੇ ਡੂੰਘਾ ਟੱਕ ਲੱਗਿਆ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਇਹ ਆਰਪੀਐਫ ਦਾ ਮੁਲਾਜ਼ਮ ਆਪਣੇ ਬਾਕੀ ਸਾਥੀਆਂ ਦੇ ਨਾਲ ਉੱਥੇ ਡਿਊਟੀ ਕਰ ਰਿਹਾ ਸੀ, ਪਰ ਜਿਵੇਂ ਇੱਕ ਰੋਂਗ ਸਾਈਡ ਦੇ ਵਿੱਚ ਗੱਡੀ ਆਈ ਤਾਂ ਉਸਨੂੰ ਰੋਕ ਕੇ ਪੁੱਛਿਆ ਜਾਂਦਾ, ਪਰ ਇੰਨੇ ਦੇ ਵਿੱਚ ਗੱਡੀ 'ਚੋਂ ਨਿਕਲੇ ਨਿਹੰਗ ਸਿੰਘ ਦੇ ਵੱਲੋਂ ਤੁਰੰਤ ਹੀ ਉਸਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ। ਤਾਂ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ, ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਿਹੰਗ ਸਿੰਘਾਂ ਦੇ ਵੱਲੋਂ ਇੱਕ ਆਰਪੀਐਫ ਜਵਾਨ ਦੇ ਉੱਤੇ ਹਮਲਾ ਕੀਤਾ ਗਿਆ। ਦੱਸਦੀਏ ਕਿ ਤਲਵਾਰਾਂ ਦੇ ਨਾਲ ਉਸਦੀ ਬਾਂਹ ਦੇ ਉੱਤੇ ਕਈ ਵਾਰ ਕੀਤੇ ਗਏ ਨੇ, ਜਿਸ ਦੇ ਕਾਰਨ ਆਰਪੀਐਫ ਦਾ ਜਵਾਨ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਦਰਅਸਲ ਜਾਣਕਾਰੀ ਅਨੁਸਾਰ ਇਹ ਆਰਪੀਐਫ ਦਾ ਮੁਲਾਜ਼ਮ ਕਰਤਾਰਪੁਰ ਯਾਨੀ ਕਿ ਜਲੰਧਰ ਦੇ ਵਿੱਚ ਰੇਲਵੇ ਕਰੋਸਿੰਗ ਦੇ ਕੋਲ ਆਪਣੀ ਡਿਊਟੀ ਕਰ ਰਿਹਾ ਸੀ, ਤਾਂ ਇਸ ਦੇ ਨਾਲ ਦੋ ਮੁਲਾਜ਼ਮ ਹੋਰ ਵੀ ਸੀ, ਪਰ ਟ੍ਰੈਫਿਕ ਜ਼ਿਆਦਾ ਹੋਣ ਦੇ ਕਾਰਨ ਜਦੋਂ ਗੱਡੀਆਂ ਨੂੰ ਕੱਢਿਆ ਜਾ ਰਿਹਾ ਸੀ ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਅਚਾਨਕ ਹੀ ਇੱਕ ਕਾਰ ਰੋਂਗ ਸਾਈਡ ਤੋਂ ਆਉਂਦੀ ਹੈ। ਜਦੋਂ ਉਸਨੂੰ ਸਾਈਡ ਦੇ ਵਿੱਚ ਰੋਕਿਆ ਜਾਂਦਾ ਤਾਂ ਉਸਦੇ ਵਿੱਚੋਂ ਇੱਕ ਨਿਹੰਗ ਸਿੰਘ ਉਤਰਦਾ। ਪਹਿਲਾਂ ਤਾਂ ਉਸਦੇ ਵੱਲੋਂ ਗਾਲੀ ਗਲੋਚ ਕੀਤਾ ਜਾਂਦਾ ਅਤੇ ਫਿਰ ਗਾਲੀ ਗਲੋਚ ਕਰਨ ਤੋਂ ਬਾਅਦ ਜਦੋਂ ਮਾਹੌਲ ਉੱਥੇ ਕਾਫੀ ਜ਼ਿਆਦਾ ਭੱਖ ਜਾਂਦਾ ਤਾਂ ਕਾਰ ਦੇ ਵਿੱਚ ਸਵਾਰ ਕੁਝ ਹੋਰ ਨਿਹੰਗ ਸਿੰਘ ਬਾਹਰ ਨਿਕਲਦੇ ਨੇ ਅਤੇ ਉਸਨੂੰ ਟੁੱਟ ਕੇ ਪੈ ਜਾਂਦੇ ਨੇ ਅਤੇ ਉਸਦੇ ਉੱਪਰ ਤੇਜ਼ ਧਾਰ ਹਥਿਆਰਾਂ ਦੇ ਨਾਲ ਕਈ ਵਾਰ ਕੀਤੇ ਜਾਂਦੇ ਨੇ, ਜਿਸ ਦੇ ਕਾਰਨ ਉਸਦੀ ਬਾਂਹ ਦੇ ਵਿੱਚ ਡੂੰਘਾ ਜ਼ਖਮ ਹੋਇਆ ਅਤੇ ਉਸ ਤੋਂ ਬਾਅਦ ਉਸਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਪਰ ਇੰਨੇ ਦੇ ਵਿੱਚ ਨਿਹੰਗ ਸਿੰਘ ਮੌਕੇ ਤੋਂ ਫਰਾਰ ਹੋ ਗਏ। ਤਾਂ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਆਰਪੀਐਫ ਦੇ ਜਵਾਨ ਦੇ ਉੱਤੇ ਨਿਹੰਗ ਸਿੰਘਾਂ ਦੇ ਵੱਲੋਂ ਹਮਲਾ ਕੀਤਾ ਗਿਆ, ਜਿਸ ਦੇ ਕਾਰਨ ਉਸਦੀ ਬਾਂਹ ਦੇ ਉੱਤੇ ਡੂੰਘਾ ਟੱਕ ਲੱਗਿਆ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਇਹ ਆਰਪੀਐਫ ਦਾ ਮੁਲਾਜ਼ਮ ਆਪਣੇ ਬਾਕੀ ਸਾਥੀਆਂ ਦੇ ਨਾਲ ਉੱਥੇ ਡਿਊਟੀ ਕਰ ਰਿਹਾ ਸੀ, ਪਰ ਜਿਵੇਂ ਇੱਕ ਰੋਂਗ ਸਾਈਡ ਦੇ ਵਿੱਚ ਗੱਡੀ ਆਈ ਤਾਂ ਉਸਨੂੰ ਰੋਕ ਕੇ ਪੁੱਛਿਆ ਜਾਂਦਾ, ਪਰ ਇੰਨੇ ਦੇ ਵਿੱਚ ਗੱਡੀ 'ਚੋਂ ਨਿਕਲੇ ਨਿਹੰਗ ਸਿੰਘ ਦੇ ਵੱਲੋਂ ਤੁਰੰਤ ਹੀ ਉਸਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ। ਤਾਂ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ, ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਿਹੰਗ ਸਿੰਘਾਂ ਦੇ ਵੱਲੋਂ ਇੱਕ ਆਰਪੀਐਫ ਜਵਾਨ ਦੇ ਉੱਤੇ ਹਮਲਾ ਕੀਤਾ ਗਿਆ। ਦੱਸਦੀਏ ਕਿ ਤਲਵਾਰਾਂ ਦੇ ਨਾਲ ਉਸਦੀ ਬਾਂਹ ਦੇ ਉੱਤੇ ਕਈ ਵਾਰ ਕੀਤੇ ਗਏ ਨੇ, ਜਿਸ ਦੇ ਕਾਰਨ ਆਰਪੀਐਫ ਦਾ ਜਵਾਨ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਦਰਅਸਲ ਜਾਣਕਾਰੀ ਅਨੁਸਾਰ ਇਹ ਆਰਪੀਐਫ ਦਾ ਮੁਲਾਜ਼ਮ ਕਰਤਾਰਪੁਰ ਯਾਨੀ ਕਿ ਜਲੰਧਰ ਦੇ ਵਿੱਚ ਰੇਲਵੇ ਕਰੋਸਿੰਗ ਦੇ ਕੋਲ ਆਪਣੀ ਡਿਊਟੀ ਕਰ ਰਿਹਾ ਸੀ, ਤਾਂ ਇਸ ਦੇ ਨਾਲ ਦੋ ਮੁਲਾਜ਼ਮ ਹੋਰ ਵੀ ਸੀ, ਪਰ ਟ੍ਰੈਫਿਕ ਜ਼ਿਆਦਾ ਹੋਣ ਦੇ ਕਾਰਨ ਜਦੋਂ ਗੱਡੀਆਂ ਨੂੰ ਕੱਢਿਆ ਜਾ ਰਿਹਾ ਸੀ ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਅਚਾਨਕ ਹੀ ਇੱਕ ਕਾਰ ਰੋਂਗ ਸਾਈਡ ਤੋਂ ਆਉਂਦੀ ਹੈ। ਜਦੋਂ ਉਸਨੂੰ ਸਾਈਡ ਦੇ ਵਿੱਚ ਰੋਕਿਆ ਜਾਂਦਾ ਤਾਂ ਉਸਦੇ ਵਿੱਚੋਂ ਇੱਕ
ਨਿਹੰਗ ਸਿੰਘ ਉਤਰਦਾ ਹੈ। ਪਹਿਲਾਂ ਤਾਂ ਉਸਦੇ ਵੱਲੋਂ ਗਾਲੀ ਗਲੋਚ ਕੀਤਾ ਜਾਂਦਾ ਹੈ ਅਤੇ ਫਿਰ ਗਾਲੀ ਗਲੋਚ ਕਰਨ ਤੋਂ ਬਾਅਦ ਜਦੋਂ ਮਾਹੌਲ ਉੱਥੇ ਕਾਫ਼ੀ ਜ਼ਿਆਦਾ ਭੱਖ ਜਾਂਦਾ ਤਾਂ ਕਾਰ ਦੇ ਵਿੱਚ ਸਵਾਰ ਕੁਝ ਹੋਰ ਨਿਹੰਗ ਸਿੰਘ ਬਾਹਰ ਨਿਕਲਦੇ ਨੇ ਅਤੇ ਉਸਨੂੰ ਟੁੱਟ ਕੇ ਪੈ ਜਾਂਦੇ ਨੇ ਅਤੇ ਉਸਦੇ ਉੱਪਰ ਤੇਜ਼ ਧਾਰ ਹਥਿਆਰਾਂ ਦੇ ਨਾਲ ਕਈ ਵਾਰ ਕੀਤੇ ਜਾਂਦੇ ਨੇ, ਜਿਸ ਦੇ ਕਾਰਨ ਉਸਦੀ ਬਾਂਹ ਦੇ ਵਿੱਚ ਡੂੰਘਾ ਜ਼ਖਮ ਹੋਇਆ ਅਤੇ ਉਸ ਤੋਂ ਬਾਅਦ ਉਸਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਪਰ ਇੰਨੇ ਦੇ ਵਿੱਚ ਨਿਹੰਗ ਸਿੰਘ ਮੌਕੇ ਤੋਂ ਫਰਾਰ ਹੋ ਗਏ। ਤਾਂ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ RPF ਦੇ ਜਵਾਨ ਦੇ ਉੱਤੇ ਨਿਹੰਗ ਸਿੰਘਾਂ ਦੇ ਵੱਲੋਂ ਹਮਲਾ ਕੀਤਾ ਗਿਆ, ਜਿਸ ਦੇ ਕਾਰਨ ਉਸਦੀ ਬਾਂਹ ਦੇ ਉੱਤੇ ਡੂੰਘਾ ਟੱਕ ਲੱਗਿਆ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਇਹ RPF ਦਾ ਮੁਲਾਜ਼ਮ ਆਪਣੇ ਬਾਕੀ ਸਾਥੀਆਂ ਦੇ ਨਾਲ ਉੱਥੇ ਡਿਊਟੀ ਕਰ ਰਿਹਾ ਸੀ ਪਰ ਜਿਵੇਂ ਇੱਕ ਰੋਂਗ ਸਾਈਡ ਦੇ ਵਿੱਚ ਗੱਡੀ ਆਈ ਤਾਂ ਉਸਨੂੰ ਰੋਕ ਕੇ ਪੁੱਛਿਆ ਜਾਂਦਾ ਪਰ ਇਹਨਾਂ ਦੇ ਵਿੱਚ ਗੱਡੀ 'ਚੋਂ ਨਿਕਲੇ ਨਿਹੰਗ ਸਿੰਘ ਦੇ ਵੱਲੋਂ ਤੁਰੰਤ ਹੀ ਉਸਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ। ਤਾਂ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ, ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।